ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਬਹੁਤ ਹੀ ਇੰਪੋਰਟੈਂਟ ਮੁੱਦੇ ਉੱਤੇ ਗੱਲ ਕਰਾਂਗੇ ਵੀਡੀਓ ਅੰਤ ਤੱਕ ਜਰੂਰ ਦੇਖਣਾ ਦੋਸਤੋ ਸਭ ਤੋਂ ਪਹਿਲਾ ਮੁੱਦਾ ਹੈ ਕਿ ਨਵੀਂ ਪੰਜਾਬ ਸਰਕਾਰ ਨੇ ਹੁਣ ਤੱਕ ਇੱਕ ਵੀ ਪੋਸਟ ਸਕੂਲ ਐਜੂਕੇਸ਼ਨ ਚ ਨਹੀਂ ਕੱਢੀ ਹੈ 26000 ਤੋਂ ਵੱਧ ਪੋਸਟਾਂ ਆ ਰਹੀਆਂ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚੋਂ ਲੇਕਿਨ ਉਹਦੇ ਵਿੱਚ ਇੱਕ ਵੀ ਨਵੀਂ ਪੋਸਟ ਆਪਣੇ ਵੱਲੋਂ ਤੋਂ ਨਹੀਂ ਕੱਢੀ ਹੈ ਤੁਸੀਂ ਹੁਣ ਕਹੋਗੇ ਕਿ 6000 ਬਈ ਆ ਰਹੀ ਹੈ ਯਾਨੀ 5994 ਪੋਸਟਾਂ ਆ ਰਹੀਆਂ ਲਗਭਗ 6000 ਪੋਸਟ ਆ ਰਹੀਆਂ ਈਟੀਟੀ ਦੀਆਂ ਉਹ ਤਾਂ ਕੱਢ ਰਹੀ ਨੇ ਦੋਸਤੋ ਉਹ ਪੁਰਾਣੀ ਪੰਜਾਬ ਸਰਕਾਰ ਵੱਲੋਂ ਸੈਂਕਸ਼ਨ ਹੋਈ ਪੋਸਟ ਹੈ ਕਾਂਗਰਸ ਸਰਕਾਰ ਕੱਢ ਕੇ ਗਈ ਸੀ ਦਸੰਬਰ ਮਹੀਨੇ 2021 ਦੇ ਵਿੱਚ ਠੀਕ ਹੈ ਤੇ ਇਹਨਾਂ ਵੱਲੋਂ ਕੁਝ ਨਹੀਂ ਆਪਣੇ ਵੱਲੋਂ ਜਾਰੀ ਹੋ ਰਿਹਾ ਇਹ 올ਰੇਡੀ ਪੁਰਾਣੀ ਸਰਕਾਰ ਕੱਢ ਕੇ ਗਈ 2000 ਪੀਟੀਆਈ ਦੀਆਂ ਪੋਸਟਾਂ ਸੈਂਕਸ਼ਨ ਕਰਕੇ ਗਈ ਸੀ ਕਾਂਗਰਸ ਸਰਕਾਰ ਉਹਦੇ ਵਿੱਚ ਕਟੌਤੀ ਕਰ ਦਿੱਤੀ ਇਹਨਾਂ ਨੇ ਉਹ ਗਾਇ ਵੀ ਕਰ ਦਿੱਤੀ ਕਿ ਗਈਆਂ ਕਿੱਧਰ ਨਹੀਂ ਉਹ 8393 ਐਂਟੀਟੀ ਪੋਸਟਾਂ ਉਹ ਕਿੱਧਰ ਗਈਆਂ ਜੀ ਹਾਲਾਂਕਿ ਹਾਈ ਕੋਰਟ ਨੇ ਉਹਦਾ ਪ੍ਰੋਸੀਜਰ ਰੋਕਿਆ ਸੀ ਲੇਕਿਨ ਇਹ ਕੱਢ ਸਕਦੇ ਸੀ ਨਾ ਦੁਬਾਰਾ ਤੋਂ ਰੂਲ ਨੂੰ ਰੈਗੂਲੇਸ਼ਨ ਬਣਾ ਕੇ ਤੇ ਨਵੀਂ ਪੋਸਟ ਕੋਈ ਨਹੀਂ ਜਾਰੀ ਕਰ ਰਹੀ ਹੈ ਸਕੂਲ ਐਜੂਕੇਸ਼ਨ ਚ ਅਗਰ ਜਾਰੀ ਹੋਈਆਂ ਨੇ ਤੇ ਉਹ ਡਾਟਾ ਐਂਟਰੀ ਆਪਰੇਟਰ ਕਲਰਕ ਲਾਇਬ੍ਰੇਰੀ ਦੀ ਹੋ ਰਹੀਆਂ ਨੇ ਸਕੂਲ ਐਜੂਕੇਸ਼ਨ ਦੇ ਵਿੱਚ ਹਾਲੇ ਤੱਕ ਕੋਈ ਨਵੀਂ ਪੋਸਟ ਇਹਨਾਂ ਨੇ ਨਹੀਂ ਕੱਢੀ ਹੈ ਦੋਸਤੋ ਆਲਰੇਡੀ ਜੋ ਮਾਸਟਰ ਕੈਟਰ ਦੀਆਂ 4161 ਆਈ ਹੋਈ ਹੈ 343 ਲੈਕਚਰਰ ਕੈਟ ਤੇ 250 ਪੋਸਟਾਂ ਆਰਟ ਐਂਡ ਕ્રાਫਟ ਦੀਆਂ ਨੇ ਉਹ ਵੀ ਕਾਂਗਰਸ ਸਰਕਾਰ ਦੇ ਦੇਣ ਹੈ ਨਵੀਂ ਸਰਕਾਰ ਨੂੰ ਇਹਦਾ ਕ੍ਰੈਡਿਟ ਨਾ ਲੈਣ ਦਿਓ ਇਹ ਐਗਜ਼ਾਮ ਲੈ ਲੈਣ ਉਹੀ ਵੱਡੀ ਗੱਲ ਹੈ ਜੀ ਹੁਣ ਅੱਗੇ 15 ਤਰੀਕ ਨੂੰ ਦੇਖਦੇ ਹਾਂ ਕਿ ਪੋਸਟਪੋਨ ਹੁੰਦੀ ਹੈ ਡੇਟ ਅਪਲਾਈ ਕਰਨ ਦੀ ਹੈ ਨਹੀਂ ਦੇਖ ਦੇਖਣਾ ਪਊਗਾ ਠੀਕ ਹੈ ਜੀ ਇਹ ਕਹਿ ਦੇਣਾ ਕਿ ਸਕੂਲ ਐਜੂਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਕੁਝ ਚੰਗਾ ਕਰ ਰਹੀ ਹੈ ਤਾਂ ਵੀ ਕੁਝ ਨਹੀਂ ਕਰ ਰਹੀ ਹਲੇ ਤੱਕ ਤਾਂ ਜ਼ੀਰੋ ਰਿਪੋਰਟ ਹੈ ਜੀ ਕੁਝ ਰਿਕਰੂਟਮੈਂਟ ਨਹੀਂ ਹੋ ਰਹੀ ਜੋ ਆਰੰਗਿਆ ਨੇ ਪੋਸਟਾਂ ਸਕੂਲ ਐਜੂਕੇਸ਼ਨ ਟੀਚਰ ਦੇ ਰੂਪ ਵਿੱਚ 올ਰੇਡੀ ਸੈਂਕਸ਼ਨ ਪੋਸਟਾਂ ਨੇ ਲਾਸਟ ਗਵਰਨਮੈਂਟ ਦੇ ਦੁਆਰਾ ਠੀਕ ਹੈ ਹੁਣ ਅਸੀਂ ਅਗਲੀ ਗੱਲ ਕਰਾਂਗੇ ਅਗਲੇ ਮੁੱਦੇ ਦੇ ਉੱਤੇ ਕਿ ਆਪਣੀਆਂ ਕਮੀਆਂ ਨੂੰ ਛਪਾਉਣ ਦੇ ਲਈ ਦੋ ਸ਼ਿਫਟਾਂ ਵਿੱਚ ਸਕੂਲ ਲੱਗਣਗੇ ਕਿਹੜੇ ਸਕੂਲ ਲੱਗਣਗੇ ਜੀ ਜਿੰਨਾ ਸਕੂਲਸ ਦੀ ਸਟਰੈਂਥ ਜ਼ਿਆਦਾ ਹੈ ਵਰਡਨ ਜ਼ਿਆਦਾ ਹੈ ਇਨਫਰਾਸਟ੍ਰਕਚਰ ਦੀ ਘਾਟ ਦੱਸੀ ਜਾ ਰਹੀ ਮੈਂ ਤੁਹਾਨੂੰ ਉਹਲਾ ਨੋਟੀਫਿਕੇਸ਼ਨ ਦੱਸਦਾ ਪਹਿਲਾਂ ਤਾਂ ਸ਼ਰਮ ਆਣੀ ਚਾਹੀਦੀ ਪੰਜਾਬ ਸਰਕਾਰ ਨੂੰ ਕਿ ਇਹ ਇਨਫਰਾਸਟ੍ਰਕਚਰ ਦੀ ਘਾਟ ਕਾਰਨ ਦੋ ਸ਼ਿਫਟਾਂ ਦੇ ਵਿੱਚ ਸਕੂਲ ਲਗਾ ਰਹੇ ਨੇ ਮਾਰਨਿੰਗ ਸ਼ਿਫਟ ਤੇ ਈਵਨਿੰਗ ਮਤਲਬ ਸ਼ਰਮ ਆਣੀ ਚਾਹੀਦੀ ਯਾਰ ਕਿ ਤੂੰ ਇਨਫਰਾਸਟ੍ਰਕਚਰ ਦੀ ਤੁਹਾਨੂੰ ਪੂਰਾ ਕਰਨਾ ਚਾਹੀਦਾ ਸੀ ਇਨਫਰਾਸਟ੍ਰਕਚਰ ਟੀਚਰ ਤੁਹਾਡੇ ਕੋ ਪੂਰੇ ਨਹੀਂ ਹੈ ਮਾਨ ਕੇ ਚੱਲਿਆ ਜਾਵੇ ਉਹ ਵੀ 인ਫਰਾਸਟ੍ਰਕਚਰ ਦਾ ਹੀ ਅੰਗ ਨਹੀਂ ਤੇ ਖੁੱਲ੍ਹਿਆ ਹੁਣ ਯਾਰ ਤੁਸੀਂ ਇੱਕ ਪੱਤਰ ਕੱਢ ਕੇ ਕਹਿ ਰਹੇ ਕਿ ਸਾਡੇ ਕੋਲ 인ਫਰਾਸਟ੍ਰਕਚਰ ਦੀ ਘਾਟ ਹੈ ਅਸੀਂ ਦੋ ਸ਼ਿਫਟਾਂ ਚ ਸਕੂਲ ਲਗਾ ਰਹੇ ਹਾਂ ਤੇ ਮਤਲਬ ਥੋੜੀ ਬੇਇੱਜ਼ਤੀ ਮਹਿਸੂਸ ਨਹੀਂ ਹੋਈ ਇਹਨਾਂ ਨੂੰ ਬੜਾ ਮਾਨ ਮਹਿਸੂਸ ਕਰ ਰਹੇ ਐ ਕਿ ਇਸ ਦੋ ਸ਼ਿਫਟ ਉਹ ਯਾਰ ਬੱਚੇ ਨੇ ਖੇਲਣਾ ਕਿਸ ਵੇਲੇ ਟੈਨਸ਼ਨ ਪੇ ਰਣੀ ਹੈ ਸ਼ਾਮ ਵਾਲਿਆਂ ਨੂੰ ਕਿ ਹਾਂ ਯਾਰ ਸ਼ਾਮ ਨੂੰ ਪੜ੍ਹਨਾ ਹੈ ਸਾਡੇ ਸਕੂਲ ਦੀ ਸ਼ਿਫਟ ਸ਼ਾਮ ਦੀ ਹੈ ਕਿ ਇਹ ਕੋਈ ਕੰਮ ਧੰਦੇ ਵਾਲੇ ਨਹੀਂ ਦੋਸਤੋ ਇਹ ਜੋ ਲੈਟਰ ਜਾਰੀ ਹੋਇਆ ਸੀ ਇਹ ਵਿਭਾਗ ਵੱਲੋਂ ਜਾਰੀ ਹੋਇਆ ssa.punjab.org ਵੈੱਬਸਾਈਟ ਦੇ ਉੱਤੇ ਤੁਸੀਂ ਇਹ ਲੈਟਰ ਦੇਖ ਸਕਦੇ ਹੋ ਇਹਦੇ ਵਿੱਚ ਵਿਭਾਗ ਕਹਿ ਰਿਹਾ ਕਿ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੈ ਕਈ ਸਕੂਲਾਂ ਦੇ ਵਿੱਚ ਤੇ ਜਗ੍ਹਾ ਕਮਰਿਆਂ ਤੇ ਹੋਰ ਇਨਫਰਾਸਟ੍ਰਕਚਰ ਦੀ ਘਾਟ ਹੋਣ ਦੀ ਸੂਰਤ ਵਿੱਚ ਸਬੰਧਤ ਸਕੂਲ ਨੂੰ ਡਬਲ ਸ਼ਿਫਟ ਲਈ ਵਿਚਾਰਿਆ ਜਾਵੇਗਾ ਠੀਕ ਹੈ ਜੀ ਕਲਾਸਾਂ ਤਾਂ ਪਹਿਲਾਂ ਵੀ ਲੱਗਦੀਆਂ ਰਹੀਆਂ ਨੇ ਠੀਕ ਹੈ ਇਕਦਮ ਜੀ ਜਾਗੇ ਨੇ ਇਹ ਲੇਕਿਨ ਇਥੇ ਇਹ ਇਹ ਲਿਖਣਾ ਭੁੱਲ ਗਏ ਕਿ ਟੀਚਰਸ ਦੀ ਵੀ ਘਾਟ ਹੈ ਜੀ ਸਕੂਲ ਦੇ ਵਿੱਚ ਟੀਚਰ ਦੀ ਬਹੁਤ ਵੱਡੀ ਘਾਟ ਹੈ ਛੋਟੇ ਜਿਹੀ ਠੀਕ ਹੈ ਇੰਨੀ ਜਿਆਦਾ ਘਾਟ ਹੈ ਕਿ ਹੁਣ ਡਬਲ ਸ਼ਿਫਟਾਂ ਦੇ ਵਿੱਚ ਵੀ ਇਹਨਾਂ ਨੂੰ ਸਕੂਲ ਲਗਾਣੇ ਪੈ ਰਹੇ ਨੇ ਠੀਕ ਹੈ ਇਥੇ ਕਿਹਾ ਗਿਆ ਜਿੱਥੇ ਪ੍ਰਾਇਮਰੀ ਤੇ ਅਪਰ ਪ੍ਰਾਇਮਰੀ ਸਕੂਲ ਇੱਕੋ ਕੈਂਪਸ ਵਿੱਚ ਚੱਲਦੇ ਹੁਣ ਉੱਥੇ ਸਕੂਲ ਦੇ ਜੋ ਪ੍ਰਿੰਸੀਪਲ ਨੇ ਹੈੱਡ ਨੇ ਉਹਨਾਂ ਦੇ ਵੱਲੋਂ ਇੱਕ ਆਪਸੀ ਸਹਿਮਤੀ ਨਾਲ ਇਵੇਂ ਕੀਤਾ ਜਾ ਰਿਹਾ ਹੈ ਹੈਨਾ ਚਲੋ ਦੇਖ ਲਓ ਜੀ ਆ ਤੁਸੀਂ ਟਾਈਮ ਵੀ ਦੇਖ ਸਕਦੇ ਹੋ ਠੀਕ ਹੈ ਪੂਰਾ ਇਹਨਾਂ ਨੇ ਸਟਰਕਚਰ ਬਣਾ ਲਿਆ ਜੀ ਪੂਰੇ ਇੱਕ ਸਾਲ ਦਾ ਕਿ ਇਹਨਾਂ ਕਮੀਆਂ ਨੂੰ ਦੂਰ ਕਰਨ ਦੀ ਬਜਾਏ ਅਸੀਂ ਇੱਕ ਸਾਲ ਲਵਾਂਗੇ ਪਹਿਲਾਂ ਠੀਕ ਹੈ ਜੀ ਇਹ ਸੇ ਦੇਖ ਸਕਦੇ ਹੋ ਦੂਸਰੀ ਸ਼ਿਫਟ ਦੇ ਦੌਰਾਨ ਜੋ ਹੈ ਦੂਸਰੀ ਸ਼ਿਫਟ ਜਿਹੜੀ ਸ਼ੁਰੂ ਕੀਤੀ ਜਾਣੀ ਹੈ ਈਵਨਿੰਗ ਦੀ ਤਾਂ ਉਹਦੇ ਵਿੱਚ ਇੱਕ ਗੈਪ ਵੀ ਦਿੱਤਾ ਜਾਵੇਗਾ ਮਤਲਬ ਇੱਕ ਟੀਚਰ ਤੋਂ ਦੋ ਸ਼ਿਫਟਾਂ ਦਾ ਕੰਮ ਲਿਆ ਜਾਵੇਗਾ ਤੇ ਪੂਰਾ ਮਤਲਬ ਮਾਰਚ ਤੱਕ ਤਾਂ ਪੂਰਾ ਮਾਹੌਲ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਹੈ ਇਹ 2023 ਮਾਰਚ ਤੱਕ ਠੀਕ ਹੈ ਜੀ ਤੇ ਪੂਰਾ ਸਿਸਟਮ ਕਹਿ ਸਕਦੇ ਆ ਕਿ ਟੀਚਰਾਂ ਦੀ ਘਾਟ ਨਹੀਂ ਇਹਨਾਂ ਨੇ ਲਿਖੀ ਇਨਫਰਾਸਟ੍ਰਕਚਰ ਦੀ ਘਾਟ ਹੈ ਜੀ ਓਕੇ ਜੀ ਬਾਹਰ ਸਮਾਰਟ ਲਿਖਾਇਆ ਪਿਆ ਹੈ ਤੇ ਅੰਦਰ ਇਨਫਰਾਸਟ੍ਰਕਚਰ ਦੀ ਘਾਟ ਹੈ ਇਹਨਾਂ ਕੋਲ ਡੈਸਕ ਨਹੀਂ ਹੈ ਕਮਰੇ ਨਹੀਂ ਹੈ ਸਾਥਿਓ ਇਹ ਬਹੁਤ ਵੱਡਾ ਜਿਹੜਾ ਡਰਾਮਾ ਖੇលਿਆ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਸਕੂਲਸ ਹੈਗੇ ਨੇ 인ਫਰਾਸਟ੍ਰਕਚਰ ਕਮਰੇ ਵੀ ਹੈਗੇ ਕਈ ਸਕੂਲਾਂ ਦੇ ਵੀ ਮੰਨਦਾ ਆ ਕਿ ਕਮਰਿਆਂ ਦੀ ਘਾਟ ਹੈ ਇਹ ਸਾਰੇ ਸਕੂਲਾਂ ਦੇ ਉੱਤੇ ਲਾਗੂ ਨਹੀਂ ਹੋ ਰਿਹਾ ਦੋ ਸ਼ਿਫਟਾਂ ਲੇਕਿਨ ਕੁਝ ਸਕੂਲ ਜਿੱਥੇ ਕਿ 인ਫਰਾਸਟ੍ਰਕਚਰ ਦੀ ਘਾਟ ਦੱਸੀ ਜਾ ਰਹੀ ਹੈ ਲੇਕਿਨ ਦੋਸਤੋ ਇਹਥੇ ਟੀਚਰਸ ਦੀ ਵੀ ਘਾਟ ਹੈ ਠੀਕ ਹੈ ਜੀ ਟੀਚਰਸ ਦੀ ਵੀ ਬਹੁਤ ਵੱਡੀ ਸਮੱਸਿਆ ਹੈ ਉਹਦੀ ਸ਼ੋਰਟੇਜ ਕਾਰਨ ਵੀ ਇਹ ਦੱਸਣਾ ਚਾਹੀਦਾ ਸੀ ਇਹਨਾਂ ਨੂੰ ਕਿ ਅਸੀਂ ਦੋ ਸ਼ਿਫਟਾਂ ਦੇ ਵਿੱਚ ਲਗਾ ਰਹੇ ਹਾਂ ਇਹ ਸਾਰੇ ਸਕੂਲਾਂ ਤੇ ਲਾਗੂ ਨਹੀਂ ਹੋਵੇਗਾ ਰੂਲ ਬਲਕਿ ਉੱਥੇ ਜਿੱਥੇ ਇਨਫਰਾਸਟ੍ਰਕਚਰ ਦੀ ਘਾਟ ਦੱਸੀ ਜਾ ਰਹੀ ਹੈ ਕਮਰੇ ਥੋੜੇ ਨੇ ਜਗ੍ਹਾ ਥੋੜੀ ਹੈ ਠੀਕ ਹੈ ਤੇ ਉੱਥੇ ਲੇਕਿਨ ਟੀਚਰਸ ਦੀ ਤਾਂ ਭੀ ਘਾਟ ਹੈ ਵੀ ਜਿੱਥੇ ਸਕੂਲ ਦੇ ਵਿੱਚ ਬੱਚੇ ਜ਼ਿਆਦਾ ਹੋਣਗੇ ਉੱਥੇ ਟੀਚਰ ਵੀ ਘੱਟ ਹੋਣਗੇ ਜੀ ਠੀਕ ਹੈ ਤੇ ਇਸ ਤਰ੍ਹਾਂ ਬੇਫਿਕੂ ਬਣਾਇਆ ਜਾ ਰਿਹਾ ਹੈ ਨਵੀਂ ਸਰਕਾਰ ਵੱਲੋਂ ਇੱਕ ਵੀ ਨਵੀਂ ਭਰਤੀ ਨਹੀਂ ਕੱਢੀ ਜਾ ਰਹੀ ਉਹ ਜੋ ਪੁਰਾਣੀਆਂ ਭਰਤੀਆਂ ਚੱਲ ਰਹੀਆਂ ਨੇ 4161 373 ਲੈਕਚਰਰ ਕੈਡਰ 250 ਰਨ ਕraft ਉਹਨਾਂ ਦਾ ਪੇਪਰ ਲੈਣ ਤੋਂ ਭੱਜ ਰਹੀ ਹੈ ਸਰਕਾਰ ਹੋਰ ਕੁਝ ਨਹੀਂ ਤੇ ਦੂਸਰੀ ਗੱਲ ਦੋਸਤੋ ਇੱਥੇ ਇਹ ਵੀ ਹੈਗੀ ਹੈ ਕਿ ਜੋ ਪੁਰਾਣੇ ਮਾਸਟਰ ਕੈਡਰ ਹੋਏ ਪਏ ਉਹਨਾਂ ਦੀਆਂ ਸਿਲੈਕਸ਼ਨ ਲਿਸਟਾਂ ਤੱਕ ਨਹੀਂ ਸਰਕਾਰੀ ਜਾਰੀ ਕਰ ਰਹੀ ਦੇਖੋ ਯਾਰ ਕੀ ਕਮਾਲ ਕਰੀ ਜਾਂਦੀ ਹੈ ਉਦਾ ਕਹਿ ਰਿਹਾ ਇਹ ਸਕੂਲ ਦੇ ਸਕੂਲ ਦੇ ਲਈ ਆਏ ਆ ਸਕੂਲੀ ਐਜੂਕੇਸ਼ਨ ਹਾਈਅਰ ਐਜੂਕੇਸ਼ਨ ਅਸੀਂ ਉੱਚਾ ਲੈ ਕੇ ਜਾਵਾਂਗੇ ਹਾਈਅਰ ਐਜੂਕੇਸ਼ਨ ਦੀਆਂ ਪੋਸਟਾਂ 900 ਸੈਂਕਸ਼ਨ ਹੋਈਆਂ ਸੀ ਉਹ ਕਿੱਧਰ ਗਈਆਂ ਜੀ ਇੱਕ ਵੀ ਪੋਸਟ ਜਿੰਨਾ ਵੀ ਜਾਰੀ ਨਹੀਂ ਹੋਈਆਂ ਉੱਥੇ ਤੇ ਮਤਲਬ ਕੁੱਲ ਮਿਲਾ ਕੇ ਇਹੀ ਗੱਲ ਕਵਾਂਗੇ ਕਿ ਬਈ ਗੁੰਮਰਾਹ ਕਰ ਰਹੀ ਹੈ ਸਰਕਾਰ ਔਰ ਪੂਰਾ 2023 ਤੱਕ ਇਹਨਾਂ ਨੇ ਜਿਹੜਾ ਆ ਉਹ ਸੋਚ ਲਿਆ ਹੈ ਕਿ ਅਸੀਂ ਬਈ ਕਲਾਸਾਂ ਜਿਹੜੀਆਂ ਦੋ ਸ਼ਿਫਟਾਂ ਚ ਲਗਾਵਾਂਗੇ ਇੱਕ ਟੀਚਰ ਨੂੰ ਦੋ ਸ਼ਿਫਟ ਲਈ ਤਿਆਰ ਹੋਣਾ ਪਵੇਗਾ ਜੀ ਤੇ ਸੈਲਰੀ ਜਿਹੜੀ ਹੈ ਉਸ ਬੰਦੇ ਨੂੰ ਉਹੀ ਮਿਲੇਗੀ ਸਮਝ ਲਓ ਕਿ ਕੋਈ ਪਰਮਾਨੈਂਟ ਟੀਚਰ ਹੈ ਉਹਦੀ ਸੈਲਰੀ 40 50 60 ਜਿੰਨੀ ਵੀ ਹੋਵੇਗੀ ਲੇਕਿਨ ਉਹਦੇ ਤੋਂ ਦੋ ਸ਼ਿਫਟਾਂ ਦਾ ਅਸੀਂ ਕੰਮ ਲਵਾਂਗੇ ਉਹ ਸਾਥੀ ਕਹਿਣਗੇ ਕਿ ਭਾਈ ਇੰਨੀ ਸੈਲਰੀ ਹੈ ਤਾਂ ਹੋ ਸਕਦਾ ਕਿ ਉਹ ਲਗਾਣ ਵੀ ਲੇਕਿਨ ਦੋਸਤੋ ਬਾਕੀ ਆਪਣੇ ਵੀ ਕੰਮ ਹੁੰਦੇ ਨੇ ਵਰਡਨ ਟੀਚਰਸ ਦੇ ਜ਼ਿਆਦਾ ਆਵੇਗਾ ਇਹਦੇ ਨਾਲ ਚੰਗਾ ਹੈ ਕਿ ਨਵੀਂ ਰਿਕਰੂਟਮੈਂਟ ਕੱਢੀ ਜਾਵੇ ਜਾਂ ਜੋ ਚੱਲ ਰਹੀਆਂ ਨੇ ਉਹੀ ਪੂਰੀਆਂ ਕੀਤੀਆਂ ਜਾਣ ਬੱਚੇ ਕਦੋਂ ਤੋਂ ਐਗਜ਼ਾਮ ਦਾ ਆਸ ਲਗਾਏ ਬੈਠੇ ਨੇ ਕਿ ਹੋਵੇਗਾ ਲੇਕਿਨ بار بار ਉਹਨਾਂ ਨੂੰ ਐਕਸਟੈਂਡ ਕੀਤਾ ਜਾ ਰਿਹਾ ਹੈ ਉਹਦੀ ਅਪਲਾਈ ਡੇਟ ਨੂੰ ਇਹ ਦੋ ਸ਼ਿਫਟਾਂ ਵਾਲਾ ਜੋ ਕਾਰਕਰਮ ਇਹ ਕਰ ਰਹੇ ਨੇ ਇਹ ਜੋ ਕਾਰਜ ਕਰ ਰਹੇ ਨੇ ਇਤੋਂ ਹੀ ਪਤਾ ਚੱਲਦਾ ਹੈ ਦੋਸਤੋ ਕਿ ਜਿਵੇਂ ਦਿੱਲੀ ਦੇ ਵਿੱਚ ਨਾ ਉਹ ਓਡ ਈਵਨ ਫਾਰਮੂਲਾ ਨਹੀਂ ਚਲਾਇਆ ਸੀ ਕਿ ਹਾਂ ਯਾ ਟ੍ਰੈਫਿਕ ਬਹੁਤ ਜ਼ਿਆਦਾ ਆਇਆ ਪ੍ਰਦੂਸ਼ਣ ਹੋ ਰਿਹਾ ਹੈ ਤੇ ਓਡ ਈਵਨ ਗੱਡੀਆਂ ਚਲਦੀਆਂ ਸੀਗੀਆਂ ਹੈ ਨਾ ਇੱਕ ਹਫਤਾ ਓਡ ਚਲਦੀ ਸੀ ਓਡ ਨੰਬਰ ਵਾਲੇ ਫਿਰ ਦੂਸਰੇ ਹੁਣ ਇੰਜ ਹੀ ਇਹ ਕਰਨ ਲੱਗੇ ਨੇ ਬਲਕਿ ਇਨਫਰਾਸਟ੍ਰਕਚਰ ਬਣਾਉਣ ਦੀ بجائے ਕੀ ਕਰ ਰਹੀ ਹੈ ਕਿ ਇੱਕ ਸਾਲ ਦੇ ਲਈ ਪੂਰਾ ਇਹਨਾਂ ਨੇ ਤੈਅ ਕਰ ਦਿੱਤਾ ਹੈ ਕਿ ਅਸੀਂ ਟੀਚਰਸ ਹੋਰ ਰਿਕਰੂ ਹੋਰ ਤਾਂ ਦੋਸਤੋ ਮੈਂ ਤੁਹਾਨੂੰ ਦੱਸ ਦਿੰਦਾ ਕਿ ਨਵੀਂ ਭਰਤੀ ਕੋਈ ਨਹੀਂ ਆ ਰਹੀ ਹੋਰ ਠੀਕ ਹੈ ਈਟੀਟੀ ਦੀ ਆ ਗਈ ਹੈ ਪੀਟੀਟੀ ਦੀ ਪੋਸਟਾਂ ਖਾ ਚੁੱਕੇ ਨੇ ਐਨਟੀਟੀ ਦੀ ਪੋਸਟਾਂ ਗਾਇਬ ਹੋ ਚੁੱਕੀਆਂ ਨੇ ਨਵੀਂ ਹਿੰਦੀ ਪੰਜਾਬੀ ਐਸਐਸਟੀ ਦੀ ਮੰਗ ਕਰ ਰਹੇ ਨੇ ਸਾਥੀ ਮੈਂ ਕਹਿਣਾ ਕਿ ਪੜੋ ਬਈ ਧਿਆਨ ਨਾਲ ਇਹ ਪੂਰਾ ਪ੍ਰਬੰਧ ਕਰਕੇ ਗਏ ਨੇ ਜੀ ਇਹ 31 ਮਾਰਚ ਤੱਕ ਪੂਰਾ ਪ੍ਰਬੰਧ ਕਰ ਲਿਆ ਕਿ ਅਸੀਂ ਕੋਈ ਟੀਚਰ ਨਵਾਂ ਰਿਕਰੂਟ ਨਹੀਂ ਕਰ ਰਹੇ ਠੀਕ ਹੈ ਜੀ ਤੇ ਇਹ ਸਾਰੇ ਪ੍ਰਾਇਮਰੀ ਅਪਰ ਤੇ ਹਾਇਰ ਸਕੈਂਡਰੀ ਵਾਸਤੇ ਵੀ ਇਹ ਰੂਲ ਜਿਹੜੇ ਨੇ ਲਾਗੂ ਹੋ ਰਹੇ ਨੇ ਓਕੇ odd even ਫਾਰਮੂਲਾ ਤਾਂ ਨਹੀਂ ਕਹਾਂਗੇ ਲੇਕਿਨ ਹਾਂ ਦੋ ਸ਼ਿਫਟਾਂ ਚੱਕ ਤਬ ਜ਼ਰੂਰ ਕਰ ਦਿੱਤਾ ਇਹਨਾਂ ਨੇ odd even ਹੀ ਹੋ ਗਿਆ ਇਸ ਤਰ੍ਹਾਂ ਨਾਲ ਠੀਕ ਹੈ ਜੀ ਤੇ ਕੀ ਕਹਿ ਸਕਦੇ ਆ ਬਈ ਨਵੀਂ ਭਰਤੀ ਨਾ ਕਰੋ ਇੱਕ ਟੀਚਰ ਤੋਂ ਹੀ ਇਵਨਿੰਗ অর ਮਾਰਨਿੰਗ ਸ਼ਿਫਟ ਦਾ ਕੰਮ ਕਰਾ ਲਓ ਬਹੁਤ ਹੈ ਜੀ ਠੀਕ ਹੈ ਦੋਸਤੋ ਤੇ ਮਾਰਚ 2023 ਤੱਕ ਕੋਈ ਵੀ ਸੁਧਾਰ ਹੋਣ ਦੀ ਕੋਈ ਉਮੀਦ ਨਹੀਂ ਹੈ ਠੀਕ ਹੈ ਕਿ ਹਾਂ ਯਾਰ ਅਸੀਂ 2030 ਤੱਕ 23 ਤੱਕ ਜਿਹੜੇ ਵੀ ਸਕੂਲਾਂ ਦੇ ਵੀ ਗਿਣਤੀ ਜ਼ਿਆਦਾ ਹੈਗੇ ਉੱਥੇ ਅਸੀਂ ਕਮਰੇ ਬਣਾ ਲਾਂਗੇ ਜਾਂ ਇਨਫਰਾਸਟ੍ਰਕਚਰ ਬਣਾ ਲਾਂਗੇ ਜੋ ਵੀ ਹੈ ਨਾ ਚਾਹੀਦਾ ਹੈ ਬੱਚਿਆਂ ਨੂੰ ਬੈਠਣ ਦੇ ਲਈ ਲੇਕਿਨ ਇਨਫਰਾਸਟ੍ਰਕਚਰ ਦੀ ਇੱਥੇ ਇਹਨਾਂ ਨੇ ਗੱਲ ਕੀਤੀ ਲੇਕਿਨ ਟੀਚਰਸ ਦੀ ਗੱਲ ਨਹੀਂ ਕੀਤੀ ਜੀ ਕਿ ਟੀਚਰਸ ਦੀ ਸਮੱਸਿਆ ਕਰਕੇ ਅਸੀਂ ਇਹ ਕਰ ਰਹੇ ਹਾਂ ਠੀਕ ਹੈ ਜੀ ਮਤਲਬ ਇਨਫਰਾਸਟ੍ਰਕਚਰ ਬੋਲਦੇ ਹੋ ਉਹ ਚ ਤਾਂ ਟੀਚਰ ਆਂਦੀ ਨਹੀਂ ਹੈ ਨਾ ਇਹ ਸਮਝਦੇ ਨੇ ਲੇਕਿਨ ਬਾਈ ਜਾਣੀ ਜਾਣੇ ਤੁਸੀਂ ਤੇ ਨਵੀਂ ਭਰਤੀ ਕੋਈ ਨਹੀਂ ਦੋਸਤੋ ਕੱਢੀ ਔਰ 23 ਤੱਕ ਜਾਨੀ 2023 ਤੱਕ ਕੋਈ ਨਵੀਂ ਭਰਤੀ ਆਣ ਦੇ ਅਸਾਰ ਨਹੀਂ ਦਿਖ ਰਿਹਾ ਚਾਹੇ ਜਿੰਨੀਆਂ ਮਰਜ਼ੀ ਮੀਟਿੰਗਾਂ ਕਰੀ ਜੋ ਸਰਕਾਰ ਨਾ ਇਹ ਨਹੀਂ ਸੁਣ ਰਹੀ ਬਸ ਪੁਰਾਣੀਆਂ ਦਰਸਲ ਗੱਲ ਪਤਾ ਕਿ ਇਹ ਦੋਸਤੋ ਕਿ ਪੁਰਾਣੀ ਜਿਵੇਂ ਕਿ ਈਟੀਟੀ ਭਰਤੀ ਉਹਦੇ ਉੱਤੇ ਵੀ ਤਾਂ ਕੋਈ ਗੱਲ ਨਹੀਂ ਕਰ ਰਹੀ ਕਿ ਹਾਂ ਸੀ ਯਾਰ ਕਰ ਰਹੇ ਆ ਕੰਮ ਓਪਨਲੀ ਕੁਝ ਕਹਿ ਨਹੀਂ ਰਹੇ ਉਹ ਕੈਮਰੇ ਦੇ ਉੱਤੇ ਉਹਨਾਂ ਸਮੇਂ ਹਾਈਅਰ ਐਜੂਕੇਸ਼ਨ ਚ ਆਈ ਪੜਤੀ ਹੈ ਨਾ ਕਿ ਉਹਦੇ ਉੱਤੇ ਵੀ ਕੋਈ ਗੱਲਬਾਤ ਨਹੀਂ ਕਰ ਰਹੇ ਹੈ ਲੈਕਚਰਰ ਕੈਡਰ ਦੀਆਂ ਭਰਤੀਆਂ ਆਂਦੀਆਂ ਕਿੱਥੇ ਨੇ ਪੰਜਾਬੀ ਦੀ ਭਰਤੀ ਕਦੋਂ ਆਈ ਹਿੰਦੀ ਦੀ ਕਦੋਂ ਆਈ ਜੀ ਲਾਸਟ ਟਾਈਮ ਆਈ ਸੀ ਉਹ ਵੀ ਬੈਕਲੌਗ ਠੀਕ ਹੈ ਜੀ ਤੇ ਕਦੋਂ ਆਉਂਦੀਆਂ ਨੇ ਭਰਤੀ ਮੈਨੂੰ ਦੱਸੋ ਤਾਂ ਸਹੀ ਸਾਰਾ ਤਾਂ ਯਾਰ ਇਹ ਪ੍ਰੋਮੋਸ਼ਨ ਵਾਲਾ ਚਲਿਆ ਪਿਆ ਔਰ ਪ੍ਰੋਮੋਸ਼ਨ ਵੀ ਇਹ ਕਹੇ ਜਾਂਦਾ ਕਿ 30 ਤੋਂ 30 ਤੋਂ 35% ਪ੍ਰੋਮੋਸ਼ਨ ਕੀਤੇ ਜਾਣਗੇ ਮਤਲਬ ਕਿਤੇ ਨਹੀਂ ਜਾ ਰਹੇ টিজি টি কো ਹੈ পিজিটি ਦਾ ਕੰਮ ਲਿਆ ਜਾ ਰਿਹਾ ਹਿੰਦੀ ਪੰਜਾਬੀ ਐਸਐਸਟੀ ਇਹ ਸਬਜੈਕਟ ਪੜ੍ਹਾਏ ਜਾ ਰਹੇ ਨੇ ਇੰਗਲਿਸ਼ ਮੈਥ ਸਾਇੰਸ ਦੇ ਟੀਚਰਾਂ ਕੋਲ ਤੇ ਮਤਲਬ ਕੀ ਸਮਾਹਰ ਬਣਾਉਣਗੇ ਯਾਰ ਕੋਈ ਉਮੀਦ ਨਾ ਕਰਿਓ ਸਰਕਾਰਾਂ ਸਾਰੀਆਂ ਇੱਕੋ ਜਿਹੀਆਂ ਨੇ ਮੈਂ ਹੀ ਕਹਾਂਗਾ ਠੀਕ ਹੈ ਤੇ ਬਾਕੀ ਆਪਣੀ ਮਿਹਨਤ ਵੱਲ ਧਿਆਨ ਦਿਓ ਕੁਝ ਸਾਥੀ ਇਹ ਵੀ ਕਹਿ ਰਹੇ ਸੀ ਕਿ ਸਰ ਤੁਸੀਂ ਵਿਊਜ਼ ਵਾਸਤੇ ਇਹ ਕੁਝ ਕਰ ਦਿਓ ਦੇਖੋ ਵਿਊਜ਼ ਤਾਂ ਆਣੇ ਹੀ ਆ ਜਦੋਂ ਅਸੀਂ ਕੋਈ ਵੀਡੀਓ ਬਣਾਉਨੇ ਆ ਅਗਰ ਤੁਸੀਂ ਨਹੀਂ ਦੇਖਣਾ ਚਾਹੁੰਦੇ ਤਾਂ ਵਿਊ ਨਾ ਦਿਆ ਕਰੋ ਕੋਈ ਚੱਕਰ ਨਹੀਂ ਆਸੀਂ ਮੰਗਣ ਨਹੀਂ ਜਾਂਦੇ ਕਿਸੇ ਕੋਈ ਵਿਊ ਠੀਕ ਹੈ ਦੂਸਰੀ ਗੱਲ ਇਹ ਹੈ ਦੋਸਤੋ ਕਿ ਬਹੁਤ ਸਾਰੇ ਸਾਥੀ ਇਹ ਵੀ ਕਹਿ ਰਹੇ ਸੀ ਕਿ ਇਹ ਜੋ ਡੇਟ ਐਕਸਟੈਂਡ ਹੋ ਰਹੀ ਹੈ ਵਾਰ-ਵਾਰ ਇਹ ਉਮਰ ਹੱਦ ਵਿੱਚ ਵਾਅਦੇ ਦੇ ਕਾਰਨ ਹੋ ਰਹੀ ਕਿਉਂਕਿ ਉਹਨਾਂ ਨੂੰ ਵੀ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਣਾ ਹੈ ਦੇਖੋ ਕਿਸੇ ਮੰਤਰੀ ਨੇ ਇਹ ਕਿਹਾ ਹੈ ਆਫੀਸ਼ੀਅਲੀ ਆ ਕੇ ਕਿ ਐਸੀ ਉਮਰ ਹੱਦ ਵਧਾ ਦਿੱਤੀ ਹੈ ਜੇ ਵੱਧ ਜਾਵੇਗੀ ਨੀ ਤਰੀਕ ਨੂੰ ਔਰ ਜਦੋਂ ਵਧੇਗੀ ਨਾ ਤਾਂ ਬਕਾਇਦਾ ਕੋਈ 10 ਦਿਨ ਨਹੀਂ ਹੈ ਅਪਲਾਈ ਹੋਣ ਨੂੰ ਮਿਲਣਗੇ ਉਹਨਾਂ ਨੂੰ ਕਰਨ ਨੂੰ ਮਿਲਣਗੇ ਬਲਕਿ ਜ਼ਿਆਦਾ ਮਿਲਣਗੇ ਠੀਕ ਹੈ ਤੇ ਇਹ ਕਹਿ ਦੇਣਾ ਕਿ ਭਾਈ ਇਹ ਆਫੀਸ਼ੀਅਲੀ ਹੋ ਗਿਆ ਹੈ ਠੀਕ ਹੈ ਇਹਦੇ ਬੇਸ ਤੇ ਦੋਸਤੋ ਬਹੁਤ ਜ਼ਿਆਦਾ ਜਿਹੜੇ ਐਫਰਟ ਨੇ ਉਹ ਸਰਕਾਰ ਨੂੰ ਕਰਨੇ ਪੈਣੇ ਨੇ ਉਮਰ ਹੱਦ ਨੂੰ ਚੇਂਜ ਕਰਨ ਦੇ ਲਈ ਠੀਕ ਹੈ ਜੀ ਤੇ ਇਹ ਕੋਈ ਔਰ ਨਹੀਂ ਹੈ ਕਿ ਹਾਂ ਉਹਦੇ ਲਈ ਹੋ ਰਿਹਾ ਐਕਸਟੈਂਡ ਹੋ ਰਹੀ ਹੈ ਕਿ ਭਾਈ ਏਜ ਬਦ ਰਹੀ ਹੈ ਇਸ ਕਰਕੇ ਠੀਕ ਹੈ ਅਗਰ ਸਰਕਾਰ ਚਾਵੇ ਤਾਂ ਇੱਕ ਸੈਕਿੰਡ ਦੇ ਵਿੱਚ ਕਹਿ ਸਕਦੀ ਹੈ ਕਿ ਵੀ 37 ਤੋਂ 42 ਸਾਲ ਕੀਤੀ ਜਾਂਦੀ ਹੈ ਲੇਕਿਨ ਇਹ ਉਹ ਕੋ ਮਸਲਾ ਨਹੀਂ ਹੈ ਕਿ ਹਾਂ ਉਮਰ ਹੱਦ ਦੇ ਕਾਰਨ ਠੀਕ ਹੈ ਅਗਰ ਉਮਰ ਹੱਦ ਵਧਾਈ ਜਾਂਦੀ ਹੈ ਤਾਂ ਹਾਂ 15 ਤੋਂ 20 ਦਿਨ ਜਿਹੜੇ ਨੇ ਐਕਸਟਰਾ ਮਿਲਣਗੇ ਉਹਨਾਂ ਨੂੰ ਠੀਕ ਹੈ ਤੇ ਬਾਕੀ ਇਹੀ ਹੈ ਦੋਸਤੋ ਕਿ ਭ੍ਰਮਿਤ ਨਹੀਂ ਹੋਣਾ ਯਾਨੀ ਮਿਸ ਗਾਈਡ ਨਹੀਂ ਹੋਣਾ ਮੈਂ ਹੀ ਕਹਾਂਗਾ ਕਿ ਸਰਕਾਰ ਤੋਂ ਐਗਜ਼ਾਮ ਦੀ ਮੰਗ ਕਰਵਾ ਲਓ ਹੁਣ ਬਾਕੀ 2023 ਤੱਕ ਉਹਨਾਂ ਨੇ ਇਨਫਰਾਸਟ੍ਰਕਚਰ ਸੁਧਾਰਨ ਦੀ ਹੀ ਗੱਲ ਕੀਤੀ ਹੈ ਇੱਥੇ ਦੋ ਸ਼ਿਫਟਾਂ ਦੇ ਵਿੱਚ ਸਕੂਲ ਲੱਗ ਰਹੇ ਨੇ ਇੱਕ ਟੀਚਰ ਦੋ ਸ਼ਿਫਟਾਂ ਨੂੰ ਪੜਾਵੇਗਾ ਤੇ ਕਿਤੇ ਨਾ ਕਿਤੇ ਇੰਜ ਇਹ ਵੀ ਲੱਗ ਰਿਹਾ ਹੈ ਕਿ ਸਰਕਾਰ ਜਿਹੜੀ ਹੈ ਉਹ ਨਵੇਂ ਟੀਚਰਸ ਹੋਰ ਕੋਈ ਭਰਤੀ ਨਾ ਕਰਨ ਦੀ ਬਜਾਏ ਇੱਕ ਟੀਚਰ ਤੋਂ ਹੀ ਦੋ ਸ਼ਿਫਟਾਂ ਦਾ ਕੰਮ ਲੈ ਕੇ ਟੀਚਰਸ ਦੀ ਤਨਖਾਹਾਂ ਬਚਾਉਣਾ ਚਾਹੁੰਦੀ ਹੈ ਤੇ ਇਹ ਦੱਸਣਾ ਚਾਹੁੰਦੀ ਐ ਕਿ 81 ਵਧੀਆ ਕੰਮ ਕਰ ਰਹੇ ਨੇ ਲੇਕਿਨ ਮੈਨੂੰ ਲੱਗਦਾ ਐ ਕਿ ਜਦੋਂ ਬੱਚਾ ਜਦੋਂ ਉੱਥੇ ਹੀ ਇਹ ਲਾਗੂ ਹੋਵੇਗਾ ਇਹ ਰੂਲ ਦੋ ਸ਼ਿਫਟਾਂ ਵਾਲਾ ਜਿੱਥੇ ਬੱਚਿਆਂ ਦੀ ਗਿਣਤੀ ਜ਼ਿਆਦਾ ਇਨਫਰਾਸਟ੍ਰਕਚਰ ਦੀ ਘਾਟ ਐ ਲੇਕਿਨ ਦੋਸਤੋ ਮੈਨੂੰ ਲੱਗਦਾ ਐ ਕਿ ਜਦੋਂ ਬੱਚਾ ਕੋਈ ਜਾਵੇਗਾ ਸਕੂਲ ਦੇ ਵਿੱਚ ਈਵਨਿੰਗ ਸ਼ਿਫਟ ਦੇ ਵਿੱਚ ਉਹ ਮੈਂਟਲੀ ਥੋੜਾ ਡਿਸਟਰਬਡ ਰਹੇਗਾ ਕਿਉਂਕਿ ਸਕੂਲ ਐ ਸਕੂਲ ਦੇ ਵਿੱਚ ਦੋਸਤੋ ਐਜੂਕੇਸ਼ਨ ਉਹ ਸਵੇਰੇ ਤੋਂ ਸ਼ਾਮ ਤੱਕ ਹੀ ਚੰਗੀ ਲੱਗਦੀ ਐ ਠੀਕ ਐ ਇਹ ਕੋਈ ਝਾੜੀ ਮਜ਼ਦੂਰ ਨਹੀਂ ਐ ਕਿ ਹਾਂ ਯਾਰ ਇਹਨਾਂ ਨੂੰ ਈਵਨਿੰਗ ਸ਼ਿਫਟ ਕਰ ਦਿੱਤਾ ਜਾਵੇ ਈਵਨਿੰਗ ਸ਼ਿਫਟੇ ਕੋਈ ਮਜ਼ਦੂਰੀ ਕਰਨ ਨਹੀਂ ਜਾਂਦੇ ਉਹ ਤੇ ਕਿ ਬੇਤਨਖਾਹ ਮਿਲਣੀ ਹੈ ਬਲਕਿ ਸਿੱਖਣ ਜਾਣਾ ਹੈ ਤਾਂ ਸਵੇਰੇ ਤੋਂ ਦੁਪਹਿਰ ਤੱਕ ਦਾ ਜਾਂ ਸ਼ਾਮ ਤੱਕ ਦਾ ਸਮਾਂ ਹੀ ਠੀਕ ਰਹਿਣਾ ਹੈ ਜੀ ਇਹ ਮੇਰੀ ਪਰਸਨਲ ਰਾਏ ਹੈ ਠੀਕ ਹੈ ਬਾਕੀ 2023 ਤੱਕ ਇਹਨਾਂ ਨੇ ਕੋਈ ਸੁਧਾਰ ਮੁਸ਼ਕਲ ਹੀ ਕਰਨਾ ਹੈ ਨਵੀਂ ਰਿਕਰੂਟਮੈਂਟ ਸ਼ਾਇਦ ਹੀ ਆਵੇ ਬਾਕੀ ਧੰਨਵਾਦ ਜੀ ਲੇਕਿਨ ਆਵਾਜ਼ ਉਠਾਉਂਦੇ ਰਹੋ ਵੀਡੀਓ ਜ਼ਰੂਰ ਸ਼ੇਅਰ ਕਰਨਾ ਧੰਨਵਾਦ